ਗੋਲੀਆਂ ਨਾਲ ਮਾਰਤਾ ਤਿੰਨ ਭੈਣਾਂ ਦਾ ਇਕਲੌਤਾ ਭਰਾ। ਦੋ ਦਿਨ ਪਹਿਲਾਂ ਹੀ ਭੈਣਾਂ ਨੇ ਗੁੱਟ ਤੇ ਬੰਨੀ ਸੀ ਰੱਖੜੀ, ਘਰ ਸਾਹਮਣੇ ਹੀ ਨੌਜਵਾਨ ਤੇ ਮਾਰੀਆਂ ਗੋਲੀਆਂ। ਦੱਸ ਦਈਏ ਕਿ ਹਲੇ ਦੋ ਦਿਨ ਪਹਿਲਾਂ ਹੀ ਭੈਣਾਂ ਨੇ ਆਪਣੇ ਭਰਾ ਦੇ ਗੁੱਟ ਤੇ ਰੱਖੜੀ ਬੰਨੀ ਸੀ, ਤਾਂ ਹੁਣ ਇਸ ਘਰ ਦੇ ਸਾਹਮਣੇ ਹੀ ਤਿੰਨ ਭੈਣਾਂ ਦੇ ਇਕਲੌਤੇ ਭਰਾ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਦੱਸ ਦਈਏ ਕਿ ਮਾਮਲਾ ਤਰਨ ਤਾਰਨ ਤੋਂ ਸਾਹਮਣੇ ਆਇਆ, ਜਿੱਥੇ ਨੌਜਵਾਨ ਦਾ ਨਾਮ ਸਤਨਾਮ ਸਿੰਘ ਦੱਸਿਆ ਜਾ ਰਿਹਾ। ਇਹ ਤਸਵੀਰਾਂ ਉਸਦੇ ਘਰ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਇਹ ਨੌਜਵਾਨ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਤਾਂ ਦੋ ਦਿਨ ਪਹਿਲਾਂ ਖੁਸ਼ੀ ਖੁਸ਼ੀ ਭੈਣਾਂ ਨੇ ਆਪਣੇ ਭਰਾ ਦੇ ਰੱਖੜੀ ਬੰਨੀ ਸੀ। ਕਿਸੇ ਨੂੰ ਕੀ ਪਤਾ ਸੀ ਕਿ ਉਹਨਾਂ ਦੇ ਨਾਲ ਏਡਾ ਵੱਡਾ ਭਾਣਾ ਵਰਤਣ ਵਾਲਾ ਹੈ। ਤਾਂ ਘਰ ਦੇ ਸਾਹਮਣੇ ਹੀ ਬੇਰਹਿਮੀ ਦੇ ਨਾਲ ਇਸਦਾ ਕਤਲ ਕਰ ਦਿੱਤਾ ਗਿਆ। ਤਾਂ ਹਮਲਾਵਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ, ਜਿਸ ਤੋਂ ਬਾਅਦ ਇਸ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਇਸ ਨੌਜਵਾਨ ਦੇ ਸਿਰ ਤੇ ਸੀ, ਤਾਂ ਹੁਣ ਪਿੱਛੇ ਪਰਿਵਾਰ ਛੱਡ ਗਿਆ ਤੇ ਮਾਮਲਾ ਹੁਣ ਪੁਲਿਸ ਦੀ ਨਿਗਰਾਨੀ ਹੇਠ ਹੈ ਤੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਹਮਲਾਵਰਾਂ ਦੀ ਭਾਲ ਵੀ ਕੀਤੀ ਜਾ ਰਹੀ ਹੈ। ਇਹ ਕੋਈ 12:15 ਵਜੇ ਦਾ ਇੰਸੀਡੈਂਟ ਹੈ ਜੀ, ਚੋਲਾ ਸਾਹਿਬ ਦੇ ਬਾਰ ਗੰਡੀ ਮੰਡਲ ਰੋਡ ਤੇ। ਸਤਨਾਮ ਸਿੰਘ ਸਨ ਉਹ, ਗੁਰਦੀਪ ਸਿੰਘ 28 ਸਾਲੇ ਦੀ ਏਜ ਹੈ। ਇਹਨੂੰ ਦੋ ਅਣਪਛਾਤੇ ਵਿਅਕਤੀ ਆਏ ਤੇ ਇਹਨਾਂ ਨੇ ਘਰੋਂ ਬੁਲਾ ਕੇ ਬਾਹਰ ਇਹਦੇ ਗੇਟ ਦੇ ਵਿੱਚ ਹੀ ਗੋਲੀਆਂ ਮਾਰ ਕੇ ਗੰਡੀ ਮੰਡਲ ਸਾਈਡ ਨੂੰ ਭੱਜ ਗਏ। ਬਾਕੀ ਮੌਕੇ ਤੇ ਆਏ ਆ ਕੇ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ, ਉਹ ਵੀ ਆ ਰਹੀ ਹੈ ਜੀ, ਤੇ ਜੋ ਵੀ ਹੈ ਐਵੀਡੈਂਸ ਇਕੱਠੀ ਕਰਕੇ ਦੋਸ਼ੀ ਨੂੰ ਕੇਸ ਦਰਜ ਕਰਾਂਗੇ। ਕੇਸ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਪੇਸ਼ ਕਰਾਂਗੇ। ਅਜੇ ਕਰ ਰਹੇ ਹਾਂ ਜੀ, ਚੈੱਕ ਕਰ ਰਹੀਆਂ ਸਾਡੀਆਂ ਟੀਮਾਂ, ਸੀਸੀਟੀਵੀ ਚੈੱਕ ਕਰ ਰਹੀਆਂ, ਪਲੱਸ ਹੋਰ ਵੀ ਐਵੀਡੈਂਸ ਇਕੱਠੀ ਕਰ ਰਹੀਆਂ। ਤੋ ਅਜੇ ਕੋਈ ਰਿਜ਼ਲਟ ਆਉਂਦਾ ਤੁਹਾਨੂੰ ਦੱਸ ਦਿਓ। ਹਾਂਜੀ, ਰੀਜਨ ਕੋਈ ਕਤਲ ਨਹੀਂ, ਅਜੇ ਵੈਰੀਫਾਈ ਕਰ ਰਹੇ ਹਾਂ ਜੀ।